ਗੁੱਡ ਈਵਨਿੰਗ एवरीवन ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਸਟੂਡੈਂਟਸ ਦਾ ਐਰੂਡੀਸ਼ਲ ਸਟੱਡੀਜ਼ ਦੇ ਅਫੀਸ਼ੀਅਲ ਚੈਨਲ ਤੇ ਜਿੱਥੇ ਅਸੀਂ ਕਰ ਰਹੇ ਹਾਂ ਜੀ ਪੰਜਾਬੀ ਸਾਹਿਤ ਦੀ ਤਿਆਰੀ ਜੋ ਕਿ ਤੁਹਾਡੇ ਆਉਣ ਵਾਲੇ ਈਟੀਟੀ ਦੇ ਪੇਪਰ ਦੇ ਲਈ ਲੈਕਚਰਲ ਐਗਜ਼ਾਮ ਜੋ ਕਿ ਬਿਲਕੁਲ ਹੀ ਨਜ਼ਦੀਕ ਹੈ ਉਸ ਦੇ ਲਈ ਔਰ ਉਸ ਦੇ ਨਾਲ ਨਾਲ ਇੰਪੋਰਟੈਂਟ ਰਹੇਗਾ ਯੂਜੀਸੀ ਦੇ ਐਗਜ਼ਾਮ ਦੇ ਲਈ ਵੀ ਈਵਨ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਔਰ ਪੰਜਾਬੀ ਦਾ ਤੁਹਾਨੂੰ ਪਤਾ ਹੈ ਕਿ ਹੁਣ ਸਾਰੇ ਹੀ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਆਉਣ ਲੱਗ ਗਏ ਓਕੇ ਤਾਈ ਵਾਲੇ ਸੈਸ਼ਨ ਹਰ ਇੱਕ एग्जाम ਦੇ ਲਈ ਇੰਪੋਰਟੈਂਟ ਰਹਿਣਗੇ ਓਕੇ ਅਸੀਂ ਪਹਿਲਾਂ ਸਟਾਰਟਿੰਗ ਕੀਤੀ ਸੀ ਆਧੁਨਿਕ ਕਾਵ ਤੋਂ ਆਧੁਨਿਕ ਕਾਵ ਸੂਫੀ ਕਾਵ ਗੁਰਮਤ ਕਾਵ ਆਲਮੋਸਟ ਅਸੀਂ ਸਾਰੇ ਕੰਪਲੀਟ ਕਰ ਚੁੱਕੇ ਹਾਂ ਔਰ ਇਹਨਾਂ ਦਿਨਾਂ ਦੇ ਵਿੱਚ ਅਸੀਂ ਕਹਾਣੀਕਾਰਾਂ ਨੂੰ ਕੱਲ ਤੋਂ ਸਟਾਰਟ ਕੀਤਾ ਸੀ ਅੱਜ ਦੇ ਜਿਹੜੇ ਸਾਡੇ ਕਹਾਣੀਕਾਰ ਰਹਿਣਗੇ ਇਹ ਹੈਗੇ ਆ ਵਿਰਾਮ ਸੰਧੂ ਕੱਲ ਦਾ ਲੈਕਚਰ ਸਾਡਾ ਥੋੜਾ ਲੰਬਾ ਸੀਗਾ ਬਿਕਾਜ਼ 20 ਕੁਐਸਚਨ ਬਣ ਕੇ ਸੀ ਸੁਜਾਨ ਸਿੰਘ ਜੀ ਥੋੜਾ ਜਿਹਾ ਜ਼ਿਆਦਾ ਲਾਈਕ ਆਪਣੇ ਇੱਥੇ ਰੱਖਦੇ ਇੰਪੋਰਟੈਂਸ ਵਿਰਾਮ ਸੰਧੂ ਜੀ ਦੇ ਬਾਰੇ ਦੇ ਵਿੱਚ ਜਸਟ 12 ਹੀ ਕੁਐਸਚਨਸ ਹੈਗੇ ਆ ਬਟ ਉਹਦੇ ਨਾਲ ریلیਟ ਕਰਕੇ ਅਸੀਂ ਕਾਫੀ ਸਾਰੇ ਕੁਐਸਚਨ ਨਿਕਾਲ ਲਾਂਗੇ ਓਕੇ ਸ਼ੁਰੂ ਕਰਦੇ ਆਂ ਫਿਰ ਪਹਿਲੇ ਕੁਐਸਚਨ ਤੋਂ ਅਗਰ ਤੁਹਾਨੂੰ ਲਿੰਕ ਨਹੀਂ ਮਿਲਦੇ ਤਾਂ ਤੁਸੀਂ ਪਲੀਜ਼ ਟੈਲੀਗ੍ਰਾਮ ਨੂੰ ਜੁਆਇਨ ਕਰ ਲੈਣਾ ਤਾਂ ਕਿ ਤੁਹਾਨੂੰ ਉੱਥੇ ਲਿੰਕ ਪ੍ਰੋਵਾਈਡ ਹੋ ਜਾਇਆ ਕਰਨਗੇ ਜਦੋਂ ਵੀ ਕੋਈ ਵੀ ਕਲਾਸ ਹੋਇਆ ਕਰੂਗੀ ਓਕੇ ਨੰਬਰ 2 ਲੈਕਚਰ ਦੇ ਲਈ ਹਲੇ ਆਪਣੇ ਕੋਲ ਟਾਈਮ ਹੈਗਾ ਤਾਂ ਆਪਾਂ ਹਿਸਟਰੀ ਦੇ ਵੀ ਲੈਕਚਰ ਜਲਦੀ ਹੀ ਸਟਾਰਟ ਕਰਾਂਗੇ ਪੰਜਾਬੀ ਦਾ ਕਵਰ ਕਰਨ ਤੋਂ ਬਾਅਦ ਸਿਲੇਬਸ ਓਕੇ ਤੇ ਮੈਂ ਕੋਸ਼ਿਸ਼ ਕਰਦੀ ਆਂ ਕਿ ਪੰਜਾਬੀ ਦਾ ਆਪਾਂ ਇੱਕ ਦਿਨ ਦੇ ਵਿੱਚ ਦੋ-ਦੋ ਲੈਕਚਰਸ ਲਾਈਕ ਦੋ ਲੈਕਚਰ ਨਹੀਂ ਆਈ ਮੀਨ ਦੋ ਸਾਹਿਤਕਾਰ ਕੰਪਲੀਟ ਕਰ ਲਿਆ ਕਰੀਏ ਇੱਕ ਲੈਕਚਰ ਦੇ ਵਿੱਚ ਠੀਕ ਹੈ ਤਾਂ ਕਿ ਫਿਰ ਹਿਸਟਰੀ ਵਾਲੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਟਾਈਮ ਦਿੱਤਾ ਜਾ ਸਕੇ ਤਾਂ ਪਹਿਲਾ ਹੈ ਬਰਿਆਮ ਸੰਧੂ ਜਿਹਦਾ ਜਨਮ ਕਿੱਥੇ ਹੋਇਆ ਤੁਹਾਡਾ ਆਨਸਰ ਸੀ ਆ ਰਿਹਾ ਹੈ ਮਤਲਬ ਕਿ ਅੰਮ੍ਰਿਤਸਰ ਦੇ ਵਿੱਚ ਬਿਲਕੁਲ ਠੀਕ ਹੈ ਅਗਰ ਤੁਹਾਡੇ ਕੋਲੋਂ ਡੇਟ ਪੁੱਛੀ ਜਾਏਗੀ ਤਾਂ ਉਹ ਹੋ ਜੂਗੀ 10 ਸਤੰਬਰ 1945 ਠੀਕ ਹੈ ਕਈ ਕਈ ਜਗ੍ਹਾ ਤੇ ਇਹ ਵਾਲੀ ਡੇਟ ਜਿਹੜੀ ਹੈ ਇਹ ਤੁਹਾਨੂੰ 10 ਦੀ ਜਗ੍ਹਾ ਦੇ ਉੱਪਰ 5 ਸਤੰਬਰ ਲਿਖੀ ਵੀ ਮਿਲ ਜੂਗੀ ਓਕੇ ਔਰ ਅੰਮ੍ਰਿਤਸਰ ਦੇ ਵਿੱਚ ਪਿੰਡ ਹੈਗਾ ਚਵਿੰਡਾ ਕਲਾਂ ਜਿੱਥੇ ਇਹਨਾਂ ਦਾ ਜਨਮ ਹੋਇਆ ਸੀ ਓਕੇ ਔਰ ਇਹ ਇਹਨਾਂ ਦਾ ਨਾਨਕਾ ਪਿੰਡ ਸੀਗਾ ਰਾਈਟ ਔਰ ਤਿੰਨ ਭੈਣ ਤੇ ਦੋ ਭਰਾ ਸੀ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੇ ਸੀਗੇ ਸੰਧੂ ਜੀ ਓਕੇ ਹਾਂਜੀ ਬਿਲਕੁਲ ਸਿੱਧੂ ਵਰਮਾ ਜੀ ਅ ਸਿੰਧੂ ਵਰਮਾ ਜੀ ਜਿਹੜਾ ਟਾਈਮ ਹੈਗਾ ਆ ਡੇਲੀ 8 ਵਜੇ ਦਾ ਹੁੰਦਾ ਸੈਟਰਡੇ ਤੱਕ ਅਸੀਂ ਸੰਡੇ ਨੂੰ ਕਲਾਸ ਨਹੀਂ ਲੈਂਦੇ ਮਤਲਬ ਸੰਡੇ ਦਾ ਆਫ ਰਹਿੰਦਾ ਓਕੇ ਓਕੇ ਹਾਈ ਸਿੰਪਰੀ ਜੀ ओके okay, दूसरा क्वेश्चन देखो वर्याम संधू ने किस इतिहास बारे काफी खोज की है गदर पार्टी के इतिहास बारे 84 ਦੇ ਦੰਗਿਆਂ ਬਾਰੇ ਦੇਸ਼ ਦੀ ਵੰਡ ਦੇ ਸਮੇਂ ਬਾਰੇ ਜਾਂ ਫਿਰ ਆਜ਼ਾਦੀ ਦੀ ਲਹਿਰ ਬਾਰੇ ਕੁਐਸਚਨ ਨੰਬਰ 2 ਦਾ ਕੀ ਆਨਸਰ ਹੋਏਗਾ ਵੈਰੀ ਗੁੱਡ ਸਤਪਾਲ ਜੀ ਗੁੱਡ ਪੁਆਇੰਟ ਐਕਚੁਅਲੀ ਐਦਾਂ ਰਿਲੇਟ ਕਰਕੇ ਯਾਦ ਕਰੋਗੇ ਤੁਹਾਨੂੰ ਲੌਂਗ ਟਰਮ ਤੱਕ ਯਾਦ ਰਹਿਣਾ ਦੂਸਰੇ ਦੇ ਲਈ ਆਨਸਰ ਆ ਗਿਆ ਏ ਯਾਨੀ ਕਿ ਗਦਰ ਪਾਰਟੀ ਦੇ ਇਤਿਹਾਸ ਬਾਰੇ ਰਾਈਟ ਤਾਂ ਇੱਕ ਚੀਜ਼ ਯਾਦ ਰੱਖਣਾ ਜਦੋਂ ਵੀ ਤੁਹਾਨੂੰ ਗਦਰ ਪਾਰਟੀ ਦੇ ਬਾਰੇ ਦੇ ਵਿੱਚ ਕੋਈ ਵੀ ਕੁਐਸਚਨ ਆ ਜਾਈ ਓਕੇ ਓ ਵਾਓ ਦੈਟਸ ਗ੍ਰੇਟ ਕੰਗratulations ਸਾਗਰ ਜੀ ਵੈਲਕਮ ਟੂ ਦਾ ਡਿਪਾਰਟਮੈਂਟ ਰਾਈਟ ਓਕੇ ਤਾਂ ਗਦਰ ਪਾਰਟੀ ਦੇ ਬਾਰੇ ਦੇ ਵਿੱਚ ਅਗਰ ਤੁਹਾਡੇ ਸਾਹਮਣੇ ਕੋਈ ਆਪਸ਼ਨ ਆ ਜਾਂਦੀ ਹੈ ਤੁਹਾਨੂੰ ਪਤਾ ਨਾ ਹੋਏ ਕਿ ਇਹ ਕਿੰਨਾ ਦੀ ਰਚਨਾ ਹੋ ਸਕਦੀ ਹੈ ਤੇ ਉੱਥੇ ਵਿਰਿਆਮ ਸੰਧੂ ਅਗਰ ਤੁਹਾਡੇ ਆਪਸ਼ਨ ਦੇ ਵਿੱਚ ਹੈਗੇ ਨੇ ਤਾਂ ਤੁਸੀਂ ਆਨਸਰ ਲਗਾ ਸਕਦੇ ਹੋ ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਕਿ ਗਦਰ ਪਾਰਟੀ ਨਾਲ ਰਿਲੇਟ ਕਰਦੀਆਂ ਹਨ ਪਹਿਲੀ ਕਿਹੜੀ ਹੈ ਗਦਰ ਲਹਿਰ ਦੀ ਗਾਥਾ ਦੂਸਰੀ ਗਦਰੀ ਜਰਨਲ ਕਰਤਾਰ ਸਿੰਘ ਸਰਾਬਾ ਔਰ ਤੀਸਰੀ ਗਦਰੀ ਬਾਬੇ ਕੌਣ ਸਨ ਇਹ ਸਾਰੇ ਹੀ ਗਦਰ ਪਾਰਟੀ ਦੇ ਇਤਿਹਾਸ ਦੇ ਬਾਰੇ ਦੇ ਵਿੱਚ ਸਾਨੂੰ ਪਰਮਾਨ ਦੇ ਦਿੰਦੀਆਂ ਆ ਇਸ ਲਈ ਇਤਿਹਾਸਿਕ ਤੌਰ ਦੇ ਉੱਪਰ ਇਹ ਸਾਰੀਆਂ ਹੀ ਰਚਨਾਵਾਂ ਸਾਡੇ ਲਈ ਇੰਪੋਰਟੈਂਟ ਰਹਿਣਗੀਆਂ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 3 ਵਿਰਿਆਮ ਸੰਧੂ ਦਾ ਪਹਿਲਾ ਕਹਾਣੀ ਸੰਗ੍ਰਹਿ ਦੱਸੋ ਚੌਥੀ ਕੂਟ ਭੱਜੀਆਂ ਬਾਹੀ ਅੰਗ ਸੰਗ ਔਰ ਲੋਹੇ ਦੇ ਹੱਥ ਤੁਹਾਡੇ ਵਿੱਚੋਂ ਬਹੁਤ ਜਣਿਆਂ ਨੂੰ ਹਲੇ ਨੈਕਸਟ ਟਾਈਮ ਦੇ ਵਿੱਚ ਮਿਲਨੇ ਹੈ ਅਪਾਇੰਟਮੈਂਟ ਲੈਟਰਸ ਰਾਈਟ ਉਹਦੇ ਲਈ ਪਲੀਜ਼ ਡੈਡੀਕੇਸ਼ਨ ਦੇ ਨਾਲ ਉਹ ਡੇਲੀ ਪੜੋ ਓਕੇ ਮੈਂ ਹਰ ਵਾਰ ਕਹਿੰਦੀ ਆ ਕਿ ਗੈਪ ਨਹੀਂ ਪਾਣਾ ਦਿਲੀ 8 ਵਜੇ ਮਤਲਬ ਦਿਲੀ 8 ਵਜੇ ਓਕੇ ਰਾਈਟ ਤੀਸਰੇ ਦਿਲੀ ਆਨਸਰ ਆ ਗਿਆ ਡੀ ਮਤਲਬ ਕਿ ਲੋਹੇ ਦੇ ਹੱਥ ਬਿਲਕੁਲ ਠੀਕ ਹੈ ਇਹ ਹੈ ਇਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਔਰ ਇਸ ਦਾ ਸਾਲ ਕੀ ਰਹੇਗਾ 1971 ਫਿਰ ਅੰਗ ਸੰਗ ਇਹ ਆਂਦਾ ਹੈ 1979 ਦੇ ਵਿੱਚ ਭੱਜੀਆਂ ਬਾਹੀ 1987 ਦੇ ਵਿੱਚ ਆਏਗਾ ਔਰ ਚੌਥੀ ਕੂਟ ਦਾ ਸਾਲ ਰਹੇਗਾ 1998 ਠੀਕ ਹੈ ਇਹ ਸਾਰੀਆਂ ਦੀਆਂ ਸਾਰੀਆਂ ਰਚਨਾਵਾਂ ਹੀ ਵਿਰਿਆਮ ਸੰਧੂ ਜੀ ਦੀਆਂ ਬਹੁਤ ਇੰਪੋਰਟੈਂਟ ਰਚਨਾਵਾਂ ਹੈਗੀਆਂ ਅੱਗੇ ਦੇਖਦੇ ਹਾਂ ਚੌਥਾ ਪ੍ਰਸ਼ਨ ਵਿਰਿਆਮ ਸੰਧੂ ਦਾ ਚੌਣਵੀਆਂ ਕਹਾਣੀਆਂ ਦਾ ਸੰਗ੍ਰਹਿ ਦੱਸੋ ਜੱਟ ਦੀ ਜੂਨ ਜਮਰੋਦ ਤਿੱਲ ਫੁੱਲ ਕਥਾ ਤਾਰਾ ਜੀ ਆਨਸਰ ਕਰੋ ਕੁਐਸਚਨ ਨੰਬਰ 4 ਦੇ ਲਈ ਇਨਾਂ ਦੀਆਂ ਚੋਣਵੀਆਂ ਕਹਾਣੀਆਂ ਦਾ ਸੰਗ੍ਰਹਿ ਕਿਹੜਾ ਹੈ ਯੈਸ ਪਲੀਜ਼ ਸ਼ਾਬਾਸ਼ ਤੁਸੀਂ ਸਾਰੇ ਬਹੁਤ ਅੱਛੇ ਤਰੀਕੇ ਦੇ ਨਾਲ ਆਨਸਰ ਕਰ ਰਹੇ ਹੋ ਜੀ ਚੋਣਵੀਆਂ ਕਹਾਣੀਆਂ ਦਾ ਕਿਹੜਾ ਹੋਗਾ ਫਿਰ ਸੰਗ੍ਰਹਿ ਇਹਨਾਂ ਦਾ ਯੈਸ ਸੀ ਆਨਸਰ ਆ ਰਿਹਾ ਚਲੋ ਦੇਖਦੇ ਆਂ ਆਨਸਰ ਕੀ ਹੈ ਬਿਲਕੁਲ ਜਿਨ੍ਹਾਂ ਨੇ ਏ ਆਨਸਰ ਕੀਤਾ ਮਤਲਬ ਕਿ ਜੱਟ ਦੀ ਜੂਨ ਇਹ ਇਨਾਂ ਦੀਆਂ ਚੋਣਵੀਆਂ ਕਹਾਣੀਆਂ ਦਾ ਸੰਗ੍ਰਹਿ ਹੈਗਾ ਠੀਕ ਹੈ ਇਹਦੇ ਤੋਂ ਬਿਨਾ ਜਮਰੋਦ ਵੀ ਇਹਨਾਂ ਦੀ ਹੀ ਰਚਨਾ ਹੈ ਜਿਸ ਨੂੰ ਕਿ ਸੰਗਮ ਪਬਲਿਕੇਸ਼ਨ ਨੇ ਪਬਲਿਸ਼ ਕੀਤਾ ਸੀ ਔਰ ਬਹੁਤ ਰੀਸੈਂਟਲੀ 2021 ਦੇ ਵਿੱਚ ਹੀ ਪਬਲਿਸ਼ ਕੀਤਾ ਗਿਆ ਇਸ ਤੋਂ ਬਾਅਦ ਗੱਲ ਕਰਦੇ ਆਂ ਤਿੱਲ ਫੁੱਲ ਦੀ ਇਸ ਦਾ ਸਾਲ ਰਹੇਗਾ 2000 ਔਰ ਕਥਾ ਧਾਰਾ ਇਹ ਇਹਨਾਂ ਦੀ ਸੰਪਾਦਿਤ ਰਚਨਾ ਹੈਗੀ ਆ ਓਕੇ ਇੱਥੇ ਤੁਸੀਂ ਇੱਕ ਹੋਰ ਯਾਦ ਰੱਖ ਲੈਣਾ ਜਦੋਂ ਅਸੀਂ ਚੋਣਵੀਆਂ ਕਹਾਣੀਆਂ ਦੀ ਗੱਲ ਕਰਦੇ ਆ ਤਾਂ ਇਹਨਾਂ ਦੀਆਂ ਮੇਰੀਆਂ ਚੋਣਵੀਆਂ 15 ਕਹਾਣੀਆਂ 15 ਕਹਾਣੀਆਂ ਇਨ ਨੂੰ ਕਿਦੇ ਵਿੱਚ ਪੇਸ਼ ਕੀਤਾ ਗਿਆ ਆਪਣਾ ਆਪਣਾ ਹਿੱਸਾ ਠੀਕ ਹੈ ਅੱਗੇ ਦੇਖਦੇ ਹਾਂ ਪੰਜਵਾਂ ਪ੍ਰਸ਼ਨ ਲੋਹੇ ਦੇ ਹੱਥ ਵਿੱਚ ਲੀਆਂ ਕਹਾਣੀਆਂ ਦਾ ਸਮਾਂਕਾਲ ਕਿਹੜਾ ਹੈ ਅਕਾਲੀ ਲਹਿਰ ਦਾ नक्सली ਲਹਿਰ ਦਾ ਕੂਕਾ ਲਹਿਰ ਦਾ ਗਦਰ ਲਹਿਰ ਦਾ ਯੈਸ ਪਲੀਜ਼ ਕੀ ਆਨਸਰ ਹੋਏਗਾ ਲੋਹੇ ਦੇ ਹੱਥ ਵਿੱਚ ਲੀਆਂ ਕਹਾਣੀਆਂ ਦਾ ਸਮਾਂਕਾਲ ਕਿਹੜਾ ਹੈ ਯੈਸ ਪੜਨ ਵਾਲੇ ਕਾਮਯਾਬ ਨਹੀਂ ਹੁੰਦੇ ਰੋਜ਼ ਪੜਨ ਵਾਲੇ ਕਾਮਯਾਬ ਹੁੰਦੇ ਆ ਫਰਕ ਹੈ ਓਕੇ ਓਕੇ ਪੰਜਵੇਂ ਦੇ ਲਈ ਬੀ ਆਨਸਰ ਆ ਗਿਆ ਸ਼ਾਬਾਸ਼ ਇਹ ਹੈ नक्सली ਲਹਿਰ ਦਾ ਟਾਈਮ ਠੀਕ ਹੈ ਐਦੇ ਵਿੱਚ ਫਿਰ ਉਹਨਾਂ ਨੇ ਕੀ ਦਿਖਾਇਆ ਗਰੀਬ ਲੋਕਾਂ ਦੇ ਪ੍ਰਤੀ ਹਮਦਰਦੀ ਨੂੰ ਬਿਆਨ ਕੀਤਾ ਆ ਨਾਲ ਦੇ ਨਾਲ ਉਹਨਾਂ ਦੀ ਹਮਦਰਦੀ ਤੋਂ ਬਾਅਦ ਸਮਾਜ ਦੇ ਪ੍ਰਤੀ ਜਿਹੜਾ ਰੋਸ ਆਇਆ ਉਹਨਾਂ ਦੇ ਮਨ ਦੇ ਵਿੱਚ ਐਨੋ ਵੀ ਬਿਆਨ ਕੀਤਾ ਵਰਿਆਮ ਸੰਧੂ ਨੇ ਠੀਕ ਹੈ ਅਗੇ ਦੇਖਦੇ ਆ ਛੇਵਾਂ ਪ੍ਰਸ਼ਨ ਹੇਠਾਂ ਵਿੱਚੋਂ ਕਿਸ ਸੰਗ੍ਰਹਿ ਵਿੱਚ ਪੰਜਾਬ ਵਿੱਚ ਪੈਦਾ ਹੋਈ ਖੜਕੂ ਲਹਿਰ ਔਰ ਅੱਤਵਾਦ ਨੂੰ ਪੇਸ਼ ਕੀਤਾ ਗਿਆ ਪੱਜੀਆਂ ਬਾਹੀ ਚੌਥੀ ਕੂਟ ਦੋਨੋਂ ਯਾ ਕੁਸ਼ਤੀ ਦਾ ਤ੍ਰੂ ਤਾਰਾ ਛੇਵੇਂ ਪ੍ਰਸ਼ਨ ਦੇ ਲਈ ਕੀ ਆਨਸਰ ਹੋਏਗਾ ਯੈਸ ਖੜਕੂ ਲਹਿਰ ਔਰ ਅੱਤਵਾਦ ਦੇ ਬਾਰੇ ਦੇ ਵਿੱਚ ਰੋਸ਼ਨੀ ਜੀ ਆਪ ਸਭ ਕਰਾਂਗੇ ਡੋਨਟ ਵਰੀ ਸਭ ਕੁਝ ਕਰਾਂਗੇ ਥੈਟਸ ਵੈਰੀ ਗੁੱਡ ਰਜਨੀ ਜੀ ਛੇਵੇਂ ਦੇ ਲਈ A ਔਰ C ਦੋ ਆਨਸਰ ਆਏ ਜਿਨ੍ਹਾਂ ਨੇ ਆਨਸਰ ਕੀਤਾ C ਉਹਨਾਂ ਦਾ ਆਨਸਰ ਬਿਲਕੁਲ ਠੀਕ ਹੈ ਮਤਲਬ ਕਿ ਪੱਜੀਆਂ ਬਾਹੀ ਦੇ ਵਿੱਚ ਵੀ ਤੇ ਚੌਥੀ ਕੂਟ ਦੇ ਵਿੱਚ ਵੀ ਦੋਨਾਂ ਦੇ ਵਿੱਚ ਹੀ ਅਤਵਾਦ ਨੂੰ ਦਿਖਾਇਆ ਗਿਆ ਓਕੇ ਔਰ ਇੱਕ ਇੰਪੋਰਟੈਂਟ ਫੈਕਟ ਯਾਦ ਰੱਖ ਲੈਣਾ ਜਿਹੜਾ ਹੈ ਚੌਥੀ ਕੂਟ ਹੈ ਇਸ ਨੂੰ ਇੰਗਲਿਸ਼ ਦੇ ਸੰਗ੍ਰਹਿ ਮੈਮਰੀਏਬਲ ਸਟੋਰੀਜ਼ ਆਫ ਇੰਡੀਆ ਟੈਲ ਮੀ ਅ ਲੌਂਗ ਸਟੋਰੀ ਇਸ ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸਤਵਾਂ ਪ੍ਰਸ਼ਨ ਵਰਿਆਮ ਸੰਧੂ ਦੀ ਸਾਹਿਤਿਕ ਸਵੈ ਜੀਵਨੀ ਦੱਸੋ ਪਰਦੇਸੀ ਪੰਜਾਬ ਕੁਸ਼ਤੀ ਦਾ ਤਰੂਤਾਰਾ ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰ ਜਾਂ ਫਿਰ ਪੜਿਆਵਾਚਿਆ ਪ੍ਰਸ਼ਨ ਨੰਬਰ 7 ਦੇ ਲਈ ਇਹਨਾਂ ਦੀ ਸਾਹਿਤਿਕ ਸਵੈ ਜੀਵਨੀ ਦੇ ਬਾਰੇ ਦੇ ਵਿੱਚ ਦੱਸੋ ਹਾਂਜੀ ਸਾਇਤਿਕ ਸਵਾਜੀਵਨੀ ਕਿਹੜੀ ਹੈ ਵੈਰੀ ਗੁੱਡ ਓਕੇ ਤੁਸੀਂ ਲਗਾ ਰਹੇ ਹੋ ਕੁਸ਼ਤੀ ਦਾ ਤਾਰਾ ਓਕੇ ਮਤਲਬ ਤੁਸੀਂ ਬੀ ਆਨਸਰ ਲਗਾਇਆ ਬਿਲਕੁਲ ਠੀਕ ਹੈ ਇਹ ਹੈ ਕੁਸ਼ਤੀ ਦਾ ਤਰੂ ਤਾਰਾ ਕਰਤਾਰ ਸਿੰਘ ਇਹ ਇਹਨਾਂ ਦੀ ਆਜੂਗੀ ਸਾਇਤਿਕ ਸਵਾਜੀਵਨੀ ਠੀਕ ਹੈ ਪਰਦੇਸੀ ਪੰਜਾਬ ਇਹਨਾਂ ਦਾ ਸਫਰਨਾਮਾ ਹੈਗਾ ਥੈਨ ਪੜਿਆ ਵਾਚਿਆ ਔਰ ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰ ਇਹ ਇਹਨਾਂ ਦੀਆਂ ਆਲੋਚਨਾਵਾਂ ਨੇ 8ਵਾਂ ਪ੍ਰਸ਼ਨ ਨਾਵਲਕਾਰ ਸੋਹਣ ਸਿੰਘ ਸੀਤਲ ਸਮਾਜ ਸ਼ਾਸਤਰੀ ਪਰਿਪੇਖ ਇਸ ਦੀ ਵਿਦਾ ਦੱਸਣੀ ਹੈ ਇਹ ਰਚਨਾ ਹੈਗੀ ਹੈ ਵਿਰਿਆਮ ਸੰਧੂ ਦੀ ਠੀਕ ਹੈ ਆਲੋਚਨਾ ਸਫਰਨਾਮਾ ਸਵੈ ਜੀਵਨੀ ਇਤਿਹਾਸ ਅਗਰ ਤੁਸੀਂ ਐਸ ਪ੍ਰਸ਼ਨ ਨੂੰ ਧਿਆਨ ਨਾਲ ਪੜ ਲਿਆ ਹੋਊਗਾ ਹਨਾ ਨਾਮ ਧਿਆਨ ਨਾਲ ਸੁਣ ਲਿਆ ਹੋਊਗਾ ਤੁਸੀਂ ਆਨਸਰ ਡੈਫੀਨਿਟਲੀ ਕਰ ਦੋਗੇ ਕੁਐਸਚਨ ਨੰਬਰ 8 ਦੇ ਲਈ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਇਹ ਕੀ ਹੋ ਸਕਦਾ ਹੈ ਯੈਸ ਗੁੱਡ ਇਹ ਵੀ ਕੀ ਹੋ ਜੂਗੀ ਆਲੋਚਨਾ ਜਿਸ ਤਰ੍ਹਾਂ ਕੁਲਵੰਤ ਸਿੰਘ ਵਿਰਕ ਦੇ ਬਾਰੇ ਦੇ ਵਿੱਚ ਆਲੋਚਨਾ ਕੀਤੀ ਸੇਮ ਉਵੇਂ ਹੀ ਸੋਹਣ ਸਿੰਘ ਸੀਤਲ ਨੂੰ ਬਤੌਰ ਨਾਵਲਕਾਰ ਵੀ ਇਹਨਾਂ ਨੇ ਆਲੋਚਨਾ ਕੀਤੀ ਹੈ ਨੋਵਾ ਵਿਰਿਆਮ ਸੰਧੂ ਨੂੰ ਕਿਸ ਕਹਾਣੀ ਸੰਗ੍ਰਹਿ ਦੇ ਲਈ ਪੰਜਾਬੀ ਸਾਹਿਤ ਅਕਾਦਮੀ ਇਨਾਮ ਮਿਲਿਆ ਆਈ ਥਿੰਕ ਆਜ਼ਾਦ ਜੀ ਨੇ ਇਸ ਦਾ ਆਨਸਰ ਆਲਰੇਡੀ ਕਰ ਦਿੱਤਾ ਹੋਇਆ ਹੈ ਚੌਥੀ ਕੂਟ ਗਦਰ ਲਹਿਰ ਦੀ ਗਾਥਾ ਗਦਰੀ ਜਰਨੈਲ ਕਰਤਾਰ ਸਿੰਘ ਸਰਾਭਾ ਭੱਜੀਆਂ ਬਾਹੀਂ ਨੋਵੇਂ ਪ੍ਰਸ਼ਨ ਦੇ ਲਈ ਆਨਸਰ ਕਰੋ ਜੀ ਕੀ ਹੋਣਾ ਕਿਸ ਕਹਾਣੀ ਸੰਗ੍ਰਹਿ ਲਈ ਪੰਜਾਬੀ ਸਾਹਿਤ ਅਕਾਦਮੀ ਇਨਾਮ ਮਿਲਿਆ ਗ੍ਰੇਟ ਇਹ ਹੋ ਜੂਗਾ ਚੌਥੀ ਕੂਟ ਦੇ ਲਈ ਠੀਕ ਹੈ ਔਰ ਇਹ ਇਹਨਾਂ ਨੂੰ ਕਦੋਂ ਦਿੱਤਾ ਗਿਆ 2000 ਦੇ ਵਿੱਚ ਇਹਨਾਂ ਨੂੰ ਇਹ ਇਨਾਮ ਮਿਲਿਆ ਸੀ ਓਕੇ ਨਾਲ ਦੇ ਨਾਲ ਤੁਸੀਂ ਯਾਦ ਰੱਖ ਲੈਣਾ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਰਾਈਟ ਜੋ ਕਿ ਐਨ ਅੱਛਾ ਇਹ ਤਾਂ ਸਲੋ ਮੈਂ ਦੱਸ ਹੀ ਦਿੱਤਾ ਭਾਸ਼ਾ ਵਿਭਾਗ ਦਾ ਸ਼ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਇਹ ਇਹਨਾਂ ਨੂੰ ਮਿਲਿਆ ਸੀ 2003 ਦੇ ਵਿੱਚ ਠੀਕ ਹੈ ਅੱਗੇ ਦੇਖਦੇ ਹਾਂ 10ਵਾਂ ਪ੍ਰਸ਼ਨ ਮਨਜੀਤ ਕਿਸ ਕਹਾਣੀ ਦਾ ਪਾਤਰ ਹੈ ਦਲਦਲ ਤਾਰ ਤੇ ਤੁਰਦਾ ਆਦਮੀ ਕੁਰਾਹੀਆ ਜਾਂ ਫਿਰ ਇਹ ਸਾਰੇ ਪ੍ਰਸ਼ਨ ਨੰਬਰ 10 ਦੇ ਲਈ ਆਨਸਰ ਕਰੋ ਮਨਜੀਤ ਕਿਸ ਕਹਾਣੀ ਦਾ ਪਾਤਰ ਹੈ yes ਸ਼ਾਬਾਸ਼ ਆਸਮ ਵਰਕ एवरीवन ਹੈਟਸ ਆਫ ਟੂ ਯੂ ਆਲ ਐਕਚੁਅਲੀ ਕਾਫੀ ਸਾਰੇ ਬੱਚਿਆਂ ਦੇ ਨਾਮ ਮੈਨੂੰ ਯਾਦ ਹੋ ਗਏ ਹਨ ਕਿਉਂਕਿ ਉਹ ਡੇਲੀ ਆਉਂਦੇ ਆ 10ਵੇਂ ਦੇ ਲਈ ਆਨਸਰ ਆਇਆ ਬੀ ਮਤਲਬ ਤਾਰ ਤੇ ਤੁਰਦਾ ਆਦਮੀ ਬਿਲਕੁਲ ਸਹੀ ਆਨਸਰ ਹੈ ਇਹਦੇ ਵਿੱਚ ਤੁਸੀਂ ਯਾਦ ਰੱਖ ਲੈਣਾ ਦਲਦਲ ਦੇ ਵਿੱਚ ਕੌਣ ਹੋਏਗਾ ਮਾਸਟਰ ਤਾਰ ਤੇ ਤੁਰਦਾ ਆਦਮੀ ਚ ਮਨਜੀਤ ਕੁਰਾਹੀਆ ਦੇ ਵਿੱਚ ਹੈਡਮਾਸਟਰ ਇਹ ਸਾਰੇ ਦੇ ਸਾਰੇ ਐਦਾਂ ਦੇ ਪਾਤਰ ਹੈ ਜਿਹੜੇ ਕਿ ਆਰਥਿਕ ਸਥਿਤੀ ਸਹੀ ਨਾ ਹੋਣ ਕਰਕੇ ਮਤਲਬ ਅਮੀਰਾਂ ਦੀ ਬਰਾਬਰੀ ਕਰਨਾ ਤਾਂ ਚਾਹੁੰਦੇ ਆ ਪਰ ਉਹ ਕਰ ਨਹੀਂ ਪਾਉਂਦੇ ਠੀਕ ਹੈ ਤਾਂ ਇਹਨਾਂ ਦੀ ਜ਼ਿੰਦਗੀ ਕਲੇਸ਼ ਦੇ ਵਿੱਚ ਨਿਕਲਦੀ ਆ ਓਕੇ 11ਵਾਂ ਕਿਸ ਦੇ ਅਨੁਸਾਰ ਬਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਸਧਾਰਨ ਮਨੁੱਖਾਂ ਦੀਆਂ ਨਹੀਂ ਬਲਕਿ ਮਹਾ ਮਾਨਵਾ ਦੀਆਂ ਹਨ ਜੀਤ ਸਿੰਘ ਸੀਤਲ ਕੇਸਰ ਸਿੰਘ ਕੇਸਰ ਨੰਦ ਲਾਲ ਨੂਰਪੁਰੀ ਪ੍ਰੋਫੈਸਰ ਪੂਰਨ ਸਿੰਘ ਜੀ 11ਵੇਂ ਪ੍ਰਸ਼ਨ ਦੇ ਲਈ ਉੱਤਰ ਕਰੋ ਕੀ ਹੋਊਗਾ ਜੀ yes ਫਟਾਫਟ ਆਨਸਰ ਕਰਨਾ ਹੈ 11th ਕੁਐਸਚਨ ਦੇ ਲਈ ਕਵੈਸਚਨ ਨੰਬਰ ਜ਼ਰੂਰ ਪਾ ਦਿਆ ਕਰੋ ਠੀਕ ਹੈ ਵੈਰੀ ਗੁੱਡ ਇਹ ਹੋ ਜਾਊਗਾ ਬੀ ਹੈ ਨਾ ਯਾਨੀ ਕਿ ਇਸ ਦਾ ਆਨਸਰ ਹੈ ਕੇਸਰ ਸਿੰਘ ਕੇਸਰ ਠੀਕ ਹੈ ਓਕੇ ਵੰਦਨਾ ਜੀ ਵੈਲਕਮ ਓਕੇ ਤਾਂ ਕੇਸਰ ਸਿੰਘ ਕੇਸਰ ਕੀ ਕਹਿੰਦੇ ਐ ਕਿ ਐਟ ਪ੍ਰੈਸੈਂਟ ਜਿਹੜੇ ਪੰਜਾਬੀ ਦੇ ਕਹਾਣੀਕਾਰ ਐ ਉਹਨਾਂ ਦੇ ਵਿੱਚੋਂ ਬਰਿਆਮ ਸੰਧੂ ਐਦਾਂ ਦੇ ਪਰਸਨ ਐ ਜਿਹੜੇ ਕਿ ਸਧਾਰਨ ਮਨੁੱਖਾਂ ਦੀ ਸਧਾਰਨਤਾ ਨਹੀਂ ਦਿਖਾਂਦੇ ਨਾ ਹੀ ਲਘੂ ਮਾਨਵਾਂ ਦੀ ਗੱਲ ਕਰਦੇ ਐ ਬਲਕਿ ਉਹ ਤਾਂ ਲੋਹੇ ਦੇ ਹੱਥਾਂ ਵਾਲੇ ਮਹਾਮਾਨਵਾਂ ਦੀ ਗੱਲ ਕਰਦੇ ਆ ਓਕੇ ਅੱਜ ਦਾ ਲਾਸਟ ਕੁਐਸਚਨ ਹੈ ਵਿਰਿਆਮ ਸੰਧੂ ਪੰਜਾਬੀ ਕਹਾਣੀ ਦਾ ਕੀ ਕਿਹਾ ਜਾਂਦਾ ਹੈ ਵਿਰਿਆਮ ਸੰਧੂ ਨੂੰ ਓਕੇ ਓਕੇ ਸ਼ਿਟੂ ਜੀ ਵੈਲਕਮ ਟੂ ਦਾ ਐਰੂਡੇਸ਼ਨ ਸਟੱਡੀਜ਼ ਓਕੇ ਆਨਸਰ ਕਰੋ ਬਾਦਸ਼ਾਹ ਮੁਕਟ ਸਰਤਾਜ ਜਾਂ ਫਿਰ ਮਹਾਮਾਨਵ ਆਨਸਰ ਕਰੋ ਲਾਸਟ ਕੁਐਸਚਨ ਦੇ ਲਈ ਇਨਾਂ ਨੂੰ ਪੰਜਾਬੀ ਕਹਾਣੀ ਦਾ ਕੀ ਕਿਹਾ ਜਾਂਦਾ ਹੈ यस ਪਲੀਜ਼ ਹੂੰ ਲਾਸਟ ਦਾ ਆਨਸਰ ਕੀ ਆ ਗਿਆ ਵੈਰੀ ਗੁੱਡ ਓ ওকে 12ਵੇਂ ਦੇ ਲਈ ਆਨਸਰ ਮੁਕਟ ਬਿਲਕੁਲ ਸਹੀ ਉੱਤਰ ਹੈ ਸ਼ਾਬਾਸ਼ ਇਨਾਂ ਨੂੰ ਕਿਹਾ ਜਾਂਦਾ ਹੈ ਪੰਜਾਬੀ ਕਹਾਣੀ ਦਾ ਮੁਕਟ ਠੀਕ ਹੈ ਤਾਂ ਇੱਥੇ ਅੱਜ ਦਾ ਸਾਡਾ ਸੈਸ਼ਨ ਓਵਰ ਹੋ ਗਿਆ ਜਿਸ ਦੇ ਵਿੱਚ ਅਸੀਂ ਪੜ ਲਿਆ ਆ ਵਿਰਾਮ ਸੰਧੂ ਜੀ ਦੇ ਬਾਰੇ ਦੇ ਵਿੱਚ ਠੀਕ ਹੈ ਐਂਡ ਜੋ ਸਾਡਾ ਇਸ ਤੋਂ ਬਾਅਦ ਕੱਲ ਦਾ ਸੈਸ਼ਨ ਰਹੂਗਾ ਉਸ ਦੇ ਵਿੱਚ ਅਸੀਂ ਅਗਲੇ ਕਹਾਣੀਕਾਰ ਕਰਾਂਗੇ 올 ਰਾਈਟ ਐਂਡ ਅਗਲੇ ਕਹਾਣੀਕਾਰ ਕਿਹੜੇ ਹੈਗੇ ਆ ਅਗਰ ਤੁਹਾਡੇ ਵਿੱਚ ਕੋਈ ਸਟੂਡੈਂਟ ਦੱਸ ਦੇਗਾ ਤਾਂ ਵੀ ਠੀਕ ਹੈ ਅਦਰਵਾਇਸ ਮੈਂ ਤੁਹਾਨੂੰ ਹੁਣੇ ਦੱਸ ਦਿੰਦੀ ਆ ਓਕੇ ਜਸਟ ਅ ਮਿੰਟ ਹਾਂਜੀ ਵਿਰਾਮ ਸੰਧੂ ਤੋਂ ਬਾਅਦ ਨੈਕਸਟ ਆਨਗੇ ਕੱਲ ਕੁਲਵੰਤ ਸਿੰਘ ਵਿਰਕ ਵਨ ਆਫ ਮਾਈ ਫੇਵਰਿਟ ਰਾਈਟਰਸ ਬਹੁਤ ਜ਼ਿਆਦਾ ਮਜ਼ਾ ਆਊਗਾ ਇਹਨਾਂ ਨੂੰ ਪੜ੍ਹ ਕੇ ਵੈਸੇ ਮੈਂ ਜਦੋਂ ਪਿਛਲੀ ਵਾਰੀ ਤੁਹਾਨੂੰ ਮਾਸਟਰ ਕੇਡਰ ਦੀ ਤਿਆਰੀ ਕਰਵਾਈ ਸੀ ਨਾ ਤੇ ਉਹਦੇ ਜਿੰਨੇ ਵੀ ਡਿਟੇਲ ਲੈਕਚਰਸ ਐ ਉਹਨਾਂ ਦੀਆਂ ਪਲੇਲਿਸਟ ਬਣੀਆਂ ਹੋਈਆਂ ਤਾਂ ਪਲੀਜ਼ ਉਹ ਸਾਰੀਆਂ ਪਲੇਲਿਸਟ ਨੂੰ ਜ਼ਰੂਰ ਦੇਖ ਲੈਣਾ ਬਿਕਾਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਰਮਨੀਤ ਜੀ ਤੁਸੀਂ ਕੰਮ ਕਰੋ ਬੱਚਾ ਪਲੇਲਿਸਟ ਦੇ ਵਿੱਚ ਜਾ ਕੇ ਉੱਥੇ ਤੁਸੀਂ ਕਹਾਣੀਕਾਰਾਂ ਵਾਲੀ ਪਲੇਲਿਸਟ ਦੇ ਵਿੱਚ ਇਹਨਾਂ ਸਾਰਿਆਂ ਦੀ ਡਿਟੇਲ ਵੀਡੀਓਜ਼ ਵੀ ਦੇਖ ਸਕਦੇ ਹੋ। ਓਕੇ? ਰਾਈਟ? 올 ਰਾਈਟ ਦੈਨ। थैंक यू सो मच। हैव अ गुड नाइट। ਟੇਕ ਕੇਅਰ। ਬਾਏ ਬਾਏ। ਸੋਨੀ ਜੀ, ਕੱਲ ਤੋਂ ਟਾਈਮ ਤੇ ਆ ਜਾਣਾ। ਨੋੜੇ ਨੀਸ਼ੂ। ਓਕੇ? 올 ਰਾਈਟ। ਬਾਏ ਬਾਏ।